ਅਗਸਤ ਵਿਚ ਅਸੀਂ ਪਹਿਲੀ ਵਾਰ ਇੱਕ ਦੂਜੇ ਨੂੰ ਦੇਖਿਆ ਸੀਗਾ ਔਰ ਮੈਂ ਦੇਖਦਿਆਂ ਹੀ ਹਿੱਲ ਗਿਆ ਸੀਗਾ ਬਿਲਕੁਲ ਹੀ ਹਿੱਲ ਗਿਆ ਸੀ ਟੋਟਲੀ ਹਿੱਲ ਗਿਆ ਸੀਗਾ ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਕਦੇ ਵੀ ਇੰਨਾ ਪਿਆਰਾ ਬੱਚਾ ਨਹੀਂ ਸੀ ਦੇਖਿਆ ਹੈਗਾ ਬੱਚਾ ਕਿਉਂ ਕਹਿੰਦਾ ਇਹਨੂੰ ਕਿ ਤੁਸੀਂ ਵੀ ਇਸ ਟਾਈਮ ਨੂੰ ਦੇਖ ਰਹੇ ਹੋਵੋਗੇ ਤਾਂ ਤੁਹਾਨੂੰ ਬੱਚਿਆਂ ਵਰਗੀ ਲੱਗਦੀ ਹੈ ਮੈਂ ਕਹਿ ਸਕਦਾ ਕਿ ਉਸ ਟਾਈਮ ਇੱਕ ਵਾਰ ਲੱਗਦਾ ਨਹੀਂ ਦੇਖ ਕੇ ਤੁਹਾਨੂੰ ਕਹਿੰਦੇ ਕਿ ਯਾਰ ਵਾਕਈ ਕਿ ਕੋਈ ਇੰਨਾ ਸੋਹਣਾ ਵੀ ਹੋ ਸਕਦਾ ਸੋ ਉੱਦਾਂ ਦੀ ਫੀਲਿੰਗ ਸੀਗੀ ਉਸ ਟਾਈਮ ਜਦੋਂ ਸਟਾਰਟਿੰਗ 'ਚ ਦੇਖਿਆ ਸੀਗਾ ਮੇਰਾ ਪਰਸਪੈਕਟਿਵ ਕੀ ਸੀਗਾ ਮੈਂ ਅਸੀਂ ਜਿਮ 'ਚ ਮਿਲੇ ਸੀਗੇ ਤਾਂ ਮੈਂ ਦੇਖਿਆ ਤਾਂ ਮੈਂ ਸੋਚਿਆ ਯਾਰ ਇੰਨਾ ਸਮਾਰਟ ਮੁੰਡਾ ਕੌਣ ਹੈ ਮਤਲਬ ਆਈ ਡਿਡਨਟ ਨੋ ਹਿਮ ਤਾਂ ਮੈਨੂੰ ਮੈਂ ਜਾਣਦੀ ਨਹੀਂ ਸੀਗੀ ਬਟ ਹਾਂ ਇਹਨਾਂ ਦੀ ਪਰਸਨੈਲਿਟੀ ਇੱਦਾਂ ਦੀ ਸੀਗੀ ਲੰਬਾ ਉੱਚਾ ਸਰਦਾਰ ਸਾਹਿਬ ਲਾਈਕ ਪਤਾ ਨਹੀਂ ਕੌਣ ਹੈ ਕਿਸੇ ਨੇ ਨਵਾਂ ਜਿਮ ਜੁਆਇਨ ਕੀਤਾ ਹੈ ਕੀ ਹਿਸਾਬ ਕਿਤਾਬ ਹੈ ਸੋ ਦੈਨ ਆਈ ਕੇਮ ਟੂ ਨੋ ਕਿ ਇਹ ਉੱਥੇ ਐਜ਼ ਅ ਮੈਨੇਜਰ ਵਰਕ ਕਰਦੇ ਨੇ ਤਾਂ ਮੈਂ ਉਹਨਾਂ ਦੇਖਿਆ ਤਾਂ ਮੈਂ ਅਟਰੈਕਟ ਹੋਈ ਸੀ ਇਹਨਾਂ ਦੀ ਪਰਸਨੈਲਿਟੀ ਵੱਲ ਕਿ ਯਾਰ ਮੁੰਡਾ ਸੋਹਣਾ ਇੱਦਾਂ ਹੁੰਦਾ ਸੀਗਾ ਕਿ ਯਾਰ ਕਿਸੇ ਤਰੀਕੇ ਨਾਲ ਨਾ ਮਤਲਬ ਕਿ ਗੱਲ ਹੋਵੇ ਕਿਸੇ ਤਰੀਕੇ ਨਾਲ ਮਿਲਿਆ ਜਾਵੇ ਤੇ ਮੈਂ ਨਾ ਆਪਣੀ ਜਾਣ ਵਿੱਚ ਨਾ ਬੜਾ ਸੋਹਣਾ ਬਣ ਕੇ ਆਉਂਦਾ ਹੁੰਦਾ ਸੀਗਾ ਆਪਣੀ ਮੈਂ ਮਫਲਰ ਮੁਫਲਰ ਪਾ ਕੇ ਜੀ ਹਨਾ ਮੈਂ ਉੱਥੇ ਫਰੰਟ ਆਫਿਸ 'ਤੇ ਖੜ ਜਾਣਾ ਜਾ ਕੇ ਮੈਂ ਕਿਹਾ ਵੀ ਚਲੋ ਦੇਖੂਗੀ ਮੈਂ ਤੁਹਾਨੂੰ ਮੈਨੂੰ ਮਤਲਬ ਮੈਂ ਹੁਣ ਤੱਕ ਇਹ ਮੇਰੇ ਦਿਲ ਦੇ ਅੰਦਰ ਲੱਗਦੀ ਹੈ ਗੱਲ ਕਿ ਇਸ ਲੜਕੀ ਨੇ ਨਾ ਮੈਨੂੰ ਅੱਖ ਚੱਕ ਕੇ ਨਹੀਂ ਦੇਖਿਆ ਹੈਗਾ ਮਤਲਬ ਮੈਂ ਡੇਲੀ ਮਫਲਰ ਵੀ ਹੈ ਟੰਗ ਕੇ ਆਉਣਾ ਜੀ ਵਧੀਆ ਪੱਗ ਬੰਨ ਕੇ ਆਉਣੀ ਪਈ ਹੈ ਨਾ ਮੈਂ ਤਣ ਕੇ ਖੜ ਜਾਂਦਾ ਉੱਥੇ ਵੀ ਹਾਂ ਯਾਰ ਐਟਲੀਸਟ ਬੰਦਾ ਨੋਟਿਸ ਤਾਂ ਕਰੂਗਾ ਨਾ ਯਾਰ ਨੋਟਿਸ ਤਾਂ ਕਰੇ ਇੱਕ ਵਾਰ ਵੀ ਨਾ ਮੇਰੇ ਦਿਮਾਗ ਚ ਮਤਲਬ ਮੇਰੇ ਦਿਮਾਗ ਚ ਕਦੀ ਏਦਾਂ ਆਇਆ ਨੀ ਮਤਲਬ ਮੈਂ ਬਹੁਤ ਇੰਟਰੋਵਰਟ ਕਾਇੰਡ ਆਫ ਪਰਸਨੈਲਿਟੀ ਹਾਂ ਤਾਂ ਮੈਂ ਜ਼ਿਆਦਾ ਇੰਟਰੈਕਟ ਨਹੀਂ ਕਰਦੀ ਸੀ ਤਾਂ ਬਿਲਕੁਲ ਓਦਾਂ ਸਿੱਧਾ ਜਿਹਾ ਬੱਚਾ ਕਿ ਸਿੱਧਾ ਜਾਣਾ ਵਰਕਆਊਟ ਕਰਨਾ ਤੇ ਵਾਪਸ ਆ ਜਾਣਾ ਸੋ ਮੈਂ ਜੈਨੂਇਨਲੀ ਮੈਨੂੰ ਅੱਜ ਤੱਕ ਨਹੀਂ ਯਾਦ ਕਿ ਕਿਹੜਾ ਮਫਲਰ ਪਾਇਆ ਸੀ ਜਾਂ ਕਿਹੜੀ ਪੱਗ ਬੰਨੀ ਸੀਗੀ ਔਰ ਮੈਨੂੰ ਵੀ ਮੈਨੂੰ ਹੁਣ ਤੱਕ ਯਾਦ ਆ ਕਿ ਮੈਂ ਕਿਹੜਾ ਪਾਇਆ ਸੀ ਤੇ ਮੈਨੂੰ ਹੁਣ ਤੱਕ ਇਹ ਯਾਦ ਆ ਕਿ ਮੈਂ ਦੁਬਾਰਾ ਨਹੀਂ ਪਾਇਆ ਹਾਂ ਮੈਨੂੰ ਐਂ ਲੱਗਿਆ ਕਿ ਕਿਤੇ ਸ਼ਾਇਦ ਇਹਦੇ ਕਰਕੇ ਪੰਗਾ ਖੜਾ ਹੋਇਆ ਸਾਰਾ ਤੇ ਮੈਂ ਨਾ ਜਦੋਂ ਮੈਨੂੰ ਉੱਥੇ ਜਿੱਥੇ ਮੈਂ ਕੰਮ ਕਰਦਾ ਸੀਗਾ ਮੈਂ ਭੰਗੜੀ ਦੀਆਂ ਕਲਾਸਾਂ ਵੀ ਲੈਂਦਾ ਹੁੰਦਾ ਸੀ ਉੱਥੇ ਤੇ ਉਹ ਇੱਕ ਕਾਮਨ ਇੰਟਰਸਟ ਸੀਗਾ ਮਤਲਬ ਸਾਡਾ ਭੰਗੜਾ ਹਾਂ ਮਤਲਬ ਇਹਨੂੰ ਵੀ ਭੰਗੜਾ ਬਹੁਤ ਪਸੰਦ ਆ ਮੈਨੂੰ ਵੀ ਭੰਗੜਾ ਬਹੁਤ ਪਸੰਦ ਆ ਕਿ ਤੁਸੀਂ ਐਵੇਂ ਲਾ ਸਕਦੇ ਹੋ ਕਿ ਭੰਗੜਾ ਅੱਦਾ ਦੀ ਚੀਜ਼ ਆ ਜਿਹਨੇ ਸਾਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਯੂਨਾਈਟ ਕੀਤਾ ਪਹਿਲਾਂ ਨਾ ਉੱਥੇ ਕੋਈ ਹੋਰ ਕਲਾਸਾਂ ਲੈਂਦਾ ਹੁੰਦਾ ਸੀਗਾ ਭੰਗੜੇ ਦੀਆਂ ਤੇ ਮੈਂ ਇਹਨੂੰ ਅੰਦਰ ਭੰਗੜਾ ਕਰਦੇ ਦੇਖਿਆ ਔਰ ਉਹ ਇੱਕ ਤਾਂ ਹੁੰਦਾ ਕਿ ਤੁਹਾਨੂੰ ਪਹਿਲੀ ਕੋਈ ਚੰਗਾ ਲੱਗ ਰਿਹਾ ਹੈ ਉੱਪਰੋਂ ਜੇ ਉਹ ਤੁਹਾਨੂੰ ਪਸੰਦ ਹੋਵੇ ਉੱਪਰ ਉਹ ਦੂਜਾ ਬੰਦਾ ਹੋਰ ਵੀ ਬੈਟਰ ਕਰ ਰਿਹਾ ਹੋਵੇ ਤਾਂ ਉਹ ਕਹਿੰਦੇ ਆ ਕਿ ਉਹ ਅਟਰੈਕਸ਼ਨ ਦਾ ਪਾਰਟ ਹੋਰ ਜ਼ਿਆਦਾ ਇਨਕਰੀਜ਼ ਹੋ ਗਿਆ ਕਿ ਹਾਂ ਯਾਰ ਨਹੀਂ ਕਿ ਹੁਣ ਤਾਂ ਕਿਸੇ ਤਰੀਕੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਉਦੋਂ ਫਿਰ ਮੇਰੀਆਂ ਕਲਾਸਾਂ ਸ਼ੁਰੂ ਹੋ ਗਈਆਂ ਸੀ ਉਹਦੇ ਬਾਅਦ ਚੋਂ ਤੇ ਮੇਰੀਆਂ ਨਾ ਪੂਰੇ ਦਿਨ ਦੇ ਵਿੱਚ 6 ਕਲਾਸਾਂ ਹੁੰਦੀਆਂ ਸੀ ਤੇ ਮੈਂ ਹਰ ਕਲਾਸ 'ਚ ਇੱਕ ਬੰਦਾ ਕਾਮਨ ਦੇਖਦਾ ਮੈਂ ਕਿਹਾ ਵੀ ਯਾਰ ਵੀ ਆਹ ਲੜਕੀ ਹਰ ਕਲਾਸ 'ਚ ਆ ਜਾਂਦੀ ਹੈ ਹਰ ਦਿਨ 'ਚ ਨਹੀਂ ਹਫ਼ਤੇ 'ਚ 6 ਕਲਾਸਾਂ ਹੁੰਦੀਆਂ ਸੀ ਹਫ਼ਤੇ 6 ਕਲਾਸਾਂ ਹਾਂ ਹਫ਼ਤੇ 'ਚ 6 ਕਲਾਸਾਂ ਹੁੰਦੀਆਂ ਸੀ ਮਤਲਬ ਮੋਸਟਲੀ ਲੋਕ ਕੀ ਹੁੰਦੇ ਸੀ ਜਿਹੜੇ ਇੱਕ ਵਾਰ ਆ ਕੇ ਪੂਰੇ ਹਫ਼ਤੇ 'ਚ ਹਫ਼ਤੇ ਬਾਅਦ ਕਰਦੇ ਹੁੰਦੇ ਸੀ ਇਹ ਮੈਡਮ ਹਰ ਰੋਜ਼ ਭੰਗੜਾ ਕਰਨ ਵਾਸਤੇ ਆ ਜਾ ਕਰਦੇ ਉਹਨਾਂ ਨੇ ਕਿਉਂਕਿ 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 ਮੈਨੂੰ ਭੰਗੜਾ ਪਸੰਦ ਸੀਗਾ ਨਹੀਂ ਸੱਚ ਤਾਂ ਤੁਹਾਡੇ ਸਾਹਮਣੇ ਆਏ ਗਿਆ ਫਿਰ ਭੰਗੜੇ ਦੀਆਂ ਕਲਾਸਾਂ ਕਰਦੇ ਕਰਦੇ ਇੱਕੋ ਇਦਾਂ ਦਾ ਦਿਨ ਆਇਆ ਜੇ ਮੈਡਮ ਜੀ ਆਏ ਮੇਰੇ ਕੋਲ ਏਡੇ ਜ ਹੋ ਕੇ ਕਹਿੰਦੇ ਜੀ ਵੈਰੀ ਨਾਈਸ ਭੰਗੜਾ ਇਦਾਂ ਦਾ ਕੁਝ ਕਿਹਾ ਸੀ ਇਹਨਾਂ ਨੇ ਮੈਨੂੰ ਯਾਦ ਆ ਰਿਹਾ ਮੈਂ ਕਹਿ ਸਕਦਾ ਕਿ ਮਤਲਬ ਬਹੁਤ ਵਧੀਆ ਕਲਾਸ ਸੀਗੀ ਔਰ ਮੈਂ ਫਟਾਫਟ ਚੁੱਪ ਚੁੱਪ ਹੌਲੀ ਹੌਲੀ ਆਈ ਕਹਿ ਕੇ ਫਟਾਫਟ ਫਟਾਫਟ ਭੱਜ ਗਈ ਨਹੀਂ ਔਰ ਮੈਨੂੰ ਇਦਾਂ ਲੱਗਾ ਕਿ ਇਹਨਾਂ ਨੇ ਕਿਹਾ ਕਿ ਯੂ ਆਰ ਗੋਰਜੀਅਸ ਇਦਾਂ ਦਾ ਕੁਝ ਕਿਹਾ ਮੈਂ ਤਾਂ ਦਿਨ ਰਾਤ ਮਤਲਬ ਗੋਰਜੀਅਸ ਪਹਿਲਾਂ ਤਾਂ ਇਹੀ ਸਰਚ ਕਰੀ ਗਏ ਕਿ ਗੋਰਜੀਅਸ ਕਿਆ ਹੈ ਨਾ ਵੀ ਕਿੰਨਾ ਕੁ ਵਧੀਆ ਹੁੰਦਾ ਗੋਰਜੀਅਸ ਇਹੀ ਤਾਂ ਸਮਝ ਆਵੇ ਪਰ ਮੈਂ ਕਿਹਾ ਨਹੀਂ ਸੀਗਾ ਮੈਨੂੰ ਇਦਾਂ ਲੱਗਿਆ ਸੱਚੀ ਮੈਨੂੰ ਜਦੋਂ ਬਾਅਦ ਚ ਵੀ ਮਿਲਿਆ ਨਾ ਮੈਨੂੰ ਕਿਹਾ ਹੀ ਗੱਲ ਇਹ ਮੈਂ ਕਿਹਾ ਯਾਰ ਤੁਸੀਂ ਗੋਰਜੀਅਸ ਇਦਾਂ ਕਿਹਾ ਸੀਗਾ ਇਹ ਉਦੋਂ ਵੀ ਨਹੀਂ ਮੰਨੀ ਮੈਂ ਕਿਹਾ ਯਾਰ ਚਾ ਸ਼ਾਇਦ ਸ਼ਰਮਾ ਰਹੀ ਹੋਣੀ ਆ ਪਰ ਹੁਣ ਪਤਾ ਲੱਗ ਰਿਹਾ ਕਿ ਹੁਣ ਤੱਕ ਵੀ ਨਹੀਂ ਮੰਨੀ ਹੈਗੀ ਤਾਂ ਫਿਰ ਸੱਚ ਹੀ ਹੋਣਾ ਹੈ ਮੈਨੂੰ ਇਹ ਭੁਲੇਖਾ ਲੱਗਿਆ ਹੋਊਗਾ ਨਹੀਂ ਮੈਂ ਗੋਰਜੀਅਸ ਨਹੀਂ ਯੂ ਆਰ ਹੈਂਡਸਮ ਪਤਾ ਨਹੀਂ ਹਾਂ ਹੈਂਡਸਮ ਤਾਂ ਚਲੋ ਹੁਣ ਤਾਂ ਕਹਿਣੀ ਹੈ ਪਹਿਲਾਂ ਇੰਸਟਾਗ੍ਰਾਮ ਤੋਂ ਹੀ ਗੱਲਬਾਤ ਹੁੰਦੀ ਸੀਗੀ ਇੰਸਟਾਗ੍ਰਾਮ ਦੇ ਉੱਤੇ ਗੱਲਬਾਤ ਕਰਕੇ ਤੇ ਅੱਛਾ ਲੱਗਦਾ ਸੀ ਇੱਕ ਦੂਜੇ ਨਾਲ ਗੱਲ ਕਰਨਾ ਇੱਕ ਦੂਜੇ ਨੂੰ ਮਤਲਬ ਮੈਂ ਆਪਣੇ ਪਰਸਪੈਕਟਿਵ ਦੀ ਗੱਲ ਦੱਸਾਂ ਤਾਂ ਵਧੀਆ ਲੱਗਦਾ ਹੈ ਬੰਦਾ ਤਾਂ ਵੀ ਸ਼ੈਲ ਬਿਕਮ ਫਰੈਂਡਸ ਕਦੀ ਇਹਦਾ ਸੋਚਿਆ ਨਹੀਂ ਸੀਗਾ ਕਿ ਹਾਂਜੀ ਯੂ ਨੋ ਲਵ ਵਿੱਚ ਟਰਨ ਕਰੇਗਾ ਮਤਲਬ ਮਾਈਂਡ 'ਚ ਕੀ ਸੀਗਾ ਕਿ ਜਿੱਦਾਂ ਨਾਲ ਵੀ ਹੋਏਗਾ ਬਸ ਸਿੱਧਾ ਵਿਆਹ ਹੀ ਹੋਏਗਾ ਬਸ ਉਸ ਤੋਂ ਪਹਿਲਾਂ ਕੁਝ ਨਹੀਂ ਉਹ ਨਾ ਜਦੋਂ ਵੀ ਅਸੀਂ ਮਤਲਬ ਇਕੱਠੇ ਰਹੇ ਆ ਤਾਂ ਸਾਨੂੰ ਇਦਾਂ ਕਦੇ ਲੱਗਿਆ ਨਹੀਂ ਕਿ ਵੀ ਆਰ ਲਾਈਕ ਅ ਗਰਲਫ੍ਰੈਂਡ ਵਰਗੋ ਕਿਉਂਕਿ ਸ਼ਾਇਦ ਦੋਨਾਂ ਵੱਲੋਂ ਨਾ ਇੱਕ ਇੱਕ ਕਾਮਨ ਐਕਸੈਪਟੈਂਸ ਸੀਗੀ ਸ਼ੁਰੂ ਤੋਂ ਹੀ ਕਿ ਇਹਨਾਂ ਦੀ ਗੱਲ ਮੰਨਣਾ ਮੈਨੂੰ ਅੱਛਾ ਲੱਗਦਾ ਸੀਗਾ ਤੇ ਸ਼ਾਇਦ ਮੇਰੀ ਗੱਲ ਮੰਨਣਾ ਇਹਨਾਂ ਨੂੰ ਅੱਛਾ ਲੱਗਦਾ ਹੋਊਗਾ
ਕਿਉਂਕਿ ਐਦਾਂ ਕਦੇ ਹੋਇਆ ਨਹੀਂ ਕਿ ਕਿਸੇ ਚੀਜ਼ ਦੇ ਵਿੱਚ ਦੋਨਾਂ ਨੇ ਕਾਊਂਟਰ ਕੀਤਾ ਹੋ। ਸਟਾਰਟਿੰਗ ਤੋਂ ਕਲੀਅਰ ਸੀਗੇ ਕਿ ਨਹੀਂ ਨਹੀਂ ਸਾਡਾ ਵਿਆਹ ਨਹੀਂ ਹੋ ਸਕਦਾ, ਬਿਕੋਜ਼ ਟੂ ਡਿਫਰੈਂਟ ਵਰਲਡਸ ਨੇ, ਇਹ ਪਿੰਡ ਤੋਂ ਨੇ, ਮੈਂ ਸ਼ਹਿਰ ਤੋਂ ਸੀਗੀ, ਸਾਡੀ ਸਕੂਲਿੰਗ ਡਿਫਰੈਂਟ ਸੀਗੀ, ਅਸੀਂ ਪ੍ਰੋਫੈਸ਼ਨ ਅਲੱਗ ਅਲੱਗ ਚ ਸੀਗੇ। ਇਹ ਸੀਏ ਕਰਦੇ ਹੁੰਦੇ ਸੀ ਪਹਿਲਾਂ, ਜਿਵੇਂ ਹੁਣ ਤੁਸੀਂ ਮੈਨੂੰ ਦੇਖਦੇ ਹੋ ਨਾ, ਮੇਰੇ ਬੀਅਰਡ ਰੱਖੀ ਹੋਈ ਹੈ ਜੀ, ਉਸ ਟਾਈਮ ਮੇਰੇ ਦਾੜ੍ਹੀ ਵੀ ਕਟਾਈ ਹੋਈ ਹੁੰਦੀ ਤੇ ਮੈਂ ਨੌਨ ਵੈਜੀਟੇਰੀਅਨ ਵੀ ਹੁੰਦਾ ਸੀਗਾ ਉਸ ਟਾਈਮ, ਤੇ ਇਹ ਨਹੀਂ ਹੈਗੇ ਇਦਾਂ ਦੇ। ਅਸੀਂ ਇੱਦਾਂ ਸੋਚਦੇ ਸੀਗੇ ਕਿ ਵਿਆਹ ਹੋ ਨਹੀਂ ਸਕਦਾ, ਰਿਲੇਸ਼ਨਸ਼ਿਪ ਚ ਅਸੀਂ ਰਹਿਣਾ ਨਹੀਂ ਹੈਗਾ, ਤਾਂ ਬਸ ਠੀਕ ਹੈ ਕਿ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਕੇ ਵਧੀਆ ਲੱਗਦਾ, ਸੋ ਲੈਟਸ ਸਟੇ ਫਰੈਂਡਸ। ਫਿਰ ਆਇਆ ਜੀ ਸਾਡੀ ਲਾਈਫ ਵਿੱਚ ਬਹੁਤ ਇਤਿਹਾਸਿਕ ਦਿਨ, 8th of December, ਦੈਟ ਇਜ਼ ਇਹਨਾਂ ਦਾ ਬਰਥਡੇ। ਦੋਸਤ ਮਿੱਤਰ ਗਲੇ ਪੈਂਦੇ ਨੇ ਵੀ ਅੱਜ ਤੇਰਾ ਜਨਮ ਦਿਨ, ਚਲੋ ਜੀ ਕੁੱਟਦੇ ਆ ਹਨਾ, ਅੱਜ ਤੇਰਾ ਜਨਮ ਦਿਨ, ਚਲੋ ਜੀ ਅੱਜ ਖਾ ਪੀ ਕੇ ਆਉਣਾ ਜੀ, ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ ਹਨਾ। ਤੇ ਇੱਥੇ ਪਹਿਲੀ ਵਾਰ ਮੈਨੂੰ ਜ਼ਿੰਦਗੀ ਦੇ ਵਿੱਚ ਅਹਿਸਾਸ ਹੋਇਆ ਕਿ ਜਨਮ ਦਿਨ ਵੀ ਕਿਵੇਂ ਮਨਾਇਆ ਜਾਂਦਾ ਹੈ ਜੀ। ਮੈਨੂੰ ਇੱਥੇ ਇੱਕ ਸਿਲਵੀ ਪਾਰਕ ਬਣਿਆ ਹੋਇਆ, ਸ਼ਾਇਦ 9 ਫੇਸ 'ਚ ਆਪਣੀ 10 ਫੇਸ ਦੇ ਵਿੱਚ, ਤੇ ਉੱਥੇ ਮੈਨੂੰ ਇੱਕ ਸਰਪ੍ਰਾਈਜ਼ ਦੀ ਤਰ੍ਹਾਂ ਮੈਨੂੰ ਬੁਲਾਇਆ ਗਿਆ ਉੱਥੇ, ਕਿ ਮੈਨੂੰ ਪਤਾ ਨਹੀਂ ਸੀ ਕਿ ਕੌਣ ਆ ਰਿਹਾ। ਕੇਕ ਲੈ ਕੇ ਆਏ ਜੀ, ਤੇ ਫਸਟ ਟਾਈਮ ਏਦਾਂ ਲੱਗਿਆ ਕਿ ਯਾਰ ਵਾਕਿਆ ਅੱਛਾ ਏਦਾਂ ਕੇਕ ਵੀ ਕੱਟਿਆ ਜਾਂਦਾ। ਤੇ ਉਹ ਮਤਲਬ ਉਹ ਇਹ ਜਿਹੜੀਆਂ ਸਵੀਟ ਸਵੀਟ ਚੀਜ਼ਾਂ ਸੀ ਨਾ, ਮੇਰੀ ਲਾਈਫ ਦੇ ਵਿੱਚ ਆਉਣੀਆਂ ਸ਼ੁਰੂ ਹੋਈਆਂ ਸੀ। ਇੱਕ ਦੂਜੇ ਨਾਲ ਇਕੱਠੇ ਰੂਟੀਨ ਬਣਾਇਆ, ਸਭ ਤੋਂ ਪਹਿਲਾਂ ਰੂਟੀਨ ਜਿਹੜਾ ਬਣਾਇਆ ਸੀ ਦੈਟ ਇਜ਼ ਕਿ ਇਕੱਠੇ ਗੁਰਦੁਆਰੇ ਚੱਲਿਆ ਕਰਾਂਗੇ। ਸੋ ਔਰ ਉਹ ਸਾਡੀ ਲਾਈਫ ਦਾ ਨਾ ਬੜਾ ਤਕੜਾ ਮੋੜ ਸੀਗਾ। ਤੁਹਾਨੂੰ ਮੈਂ ਦੱਸਾਂ, ਸਾਡੀ ਜਰਨੀ ਦੇ ਵਿੱਚ ਨਾ ਪਰਮਾਤਮਾ ਸਾਡੇ ਅੰਗ ਸੰਗ ਰਿਹਾ ਹਮੇਸ਼ਾ, ਉਹ ਹੁਣ ਤੱਕ ਚੱਲਦੀ ਹੈ ਜਰਨੀ। ਕਿ ਮਤਲਬ ਕਿ ਸ਼ਾਇਦ ਇੱਕ ਦੂਜੇ ਨੂੰ ਮਿਲਣ ਨਹੀਂ ਜਾਂਦੇ ਸੀਗੇ, ਉਹ ਗੁਰਦੁਆਰੇ ਦਾ ਰੂਟੀਨ ਇੰਨਾ ਸਟਰੋਂਗ ਬਣਿਆ ਕਿ ਅਸੀਂ ਪਹਿਲਾਂ ਇੱਥੋਂ ਅੰਬ ਸਾਹਿਬ ਦੇ ਗੁਰਦੁਆਰੇ ਜਾਣਾ, ਫਿਰ 7 ਵਜੇ ਹੈਗਾ, ਤੇ ਫਿਰ ਉੱਥੇ ਘੰਟਾ ਭਾਂਡਿਆਂ ਦੀ ਸੇਵਾ ਕਰਨੀ ਅਸੀਂ, ਤੇ ਭਾਂਡਿਆਂ ਦੀ ਸੇਵਾ ਕਰਕੇ ਫਿਰ ਮੈਂ ਆਪਣੇ ਐਕਟਿਵਾ ਤੇ ਨਿਕਲ ਜਾਣਾ, ਇਹਨਾਂ ਨੇ ਆਪਣੀ ਬਾਈਕ ਤੇ ਨਿਕਲ ਜਾਣਾ। ਮਤਲਬ ਉਹ ਇੱਕ ਰੈਗੂਲਰ ਰੂਟੀਨ ਹੋਇਆ, ਰੱਬ ਜੀ ਨੂੰ ਨਾਲ ਲੈ ਕੇ ਚੱਲਣਾ, ਰੱਬ ਜੀ ਆਪੇ ਰਸਤਾ ਦਿਖਾਉਂਦੇ ਰਹਿਣਗੇ, ਰੱਬ ਜੀ ਆਪ ਹੀ ਦੇਖਦੇ ਰਹਿਣਗੇ। ਔਰ ਇਦਾਂ ਹੋਇਆ ਵੀ ਆ ਕਿ ਇਦਾਂ ਨਹੀਂ ਹੋਇਆ ਕਿ ਜੇ ਅਗਰ ਰਸਤੇ ਤੋਂ ਭੱਟ ਕੇ ਵੀ ਆ ਕਦੇ, ਤਾਂ ਅਗਰ ਰਸਤੇ ਦੇ ਵਿੱਚ ਕਠਿਨਾਈਆਂ ਆਈਆਂ ਨੇ, ਦਿੱਕਤਾਂ ਆਈਆਂ ਨੇ, ਤਾਂ ਉਹਨਾਂ ਨੇ ਮੂਹਰੇ ਹੋ ਕੇ ਨਾ ਚੀਜ਼ਾਂ ਸਾਂਭ ਲਈਆਂ ਸਾਰੀਆਂ ਦੀਆਂ ਸਾਰੀਆਂ। ਮੈਨੂੰ ਬੜਾ ਕੁਛ ਹੋਇਆ ਲਾਈਫ ਦੇ ਵਿੱਚ, ਮਤਲਬ ਤੁਸੀਂ ਇਹ ਕਹਿ ਸਕਦੇ ਕਿ ਅੱਜ ਅਸੀਂ ਅਗਰ ਤੁਹਾਡੇ ਸਾਹਮਣੇ ਵੀ ਗੱਲ ਕਰ ਰਹੇ ਹਾਂ ਨਾ, ਤਾਂ ਉਹ ਪਰਮਾਤਮਾ ਦੀ ਤਾਕਤ ਅੰਗ ਸੰਗ ਹੈ ਇਸ ਟਾਈਮ ਵੀ। ਤੁਹਾਨੂੰ ਇੱਕ ਗੱਲ ਦੱਸਦਾ ਜੀ, ਇੱਕ ਦਿਨ ਫੋਨ ਆਉਂਦਾ ਮੈਨੂੰ, ਤੇ ਫੋਨ ਆ ਕੇ ਮੈਨੂੰ ਕਿਹਾ ਜਾਂਦਾ ਕਿ ਮੈਂ ਪੇਪਰ ਛੱਡ ਕੇ ਆ ਗਈ। ਇਹ ਮੈਡਮ ਸੀਏ ਦਾ ਪੇਪਰ ਛੱਡ ਕੇ ਆ ਗਏ, ਕਿਉਂਕਿ ਇਹਨਾਂ ਨੇ ਲਾਈਫ ਦੇ ਵਿੱਚ ਕੁਝ ਹੋਰ ਕਰਨਾ ਸੀਗਾ। ਇਮੇਜਿਨ ਕਰ ਸਕਦੇ ਹੋ ਤੁਸੀਂ ਸੀਏ ਦੀ ਪੜ੍ਹਾਈ ਕਿੰਨੀ ਟਫ ਹੁੰਦੀ ਆ। ਔਰ ਇਹ ਆਈ ਥਿੰਕ ਲਾਸਟ ਸੈਮੈਸਟਰ ਸੀਗੇ ਤੁਸੀਂ, ਲਾਸਟ ਜਿਹੜਾ ਸੀਏ ਫਾਈਨਲ ਦੇ ਵਿੱਚ ਸੀਗੇ, ਪ੍ਰੋਪਰ ਸਾਰਾ ਕੁਝ ਕਰ ਚੁੱਕੇ ਸੀਗੇ, ਤੇ ਫੋਨ ਕਰਕੇ ਕਹਿ ਰਹੇ ਕਿ ਮੈਂ ਸੀਏ। ਕਿਉਂ? ਕਿਉਂਕਿ ਉਹ ਕਿੱਕ ਨਹੀਂ ਮਿਲ ਰਹੀ ਸੀ ਇਹਨਾਂ ਨੂੰ। ਹਾਂ ਮਤਲਬ ਇਹ ਕਦੋਂ ਦਾ ਸੋਚ ਰਹੀ ਸੀ ਮੈਂ ਕਿ ਹਾਂ ਸੀਏ ਛੱਡਣੀ ਹੈ, ਬਟ ਵਨ ਫਾਈਨ ਡੇ ਹਾਂ ਮਤਲਬ ਡਿਸੀਜਨ ਲਿੱਤਾ। ਆਫ ਕੋਰਸ ਇਟ ਵਾਸ ਟਫ ਡਿਸੀਜਨ, ਕਿਉਂਕਿ ਕਾਫੀ ਮਿਹਨਤ, ਕਾਫੀ ਸਾਲ ਇਹਦੇ ਵਿੱਚ ਡਿਵੋਟਡ ਸੀਗੇ, ਤਾਂ ਮੇਰੀ ਲਾਈਫ ਦਾ ਬਹੁਤ ਇੰਪੋਰਟੈਂਟ, ਕਰੂਸ਼ੀਅਲ ਅਤੇ ਇਮੋਸ਼ਨਲ ਡਿਸੀਜਨ ਸੀਗਾ ਸੀਏ ਨੂੰ ਛੱਡਣਾ। ਬਟ ਉਸ ਦਿਨ ਮੈਨੂੰ ਇਹਨਾਂ ਦੀ ਅੰਡਰਸਟੈਂਡਿੰਗ ਵਧੀਆ ਲੱਗੀ, ਅਤੇ ਮੈਂ ਇਹਨਾਂ ਨੂੰ ਦੱਸਿਆ ਮੈਂ ਸੀਏ ਛੱਡਦੀ, ਕਹਿੰਦੇ ਹਾਂ ਕੋਈ ਚੱਕਰ ਨਹੀਂ ਕੁਛ ਹੋਰ ਕਰ ਲਾਂਗੇ। ਆਪਣਾ ਤਾਂ ਆਦਤ ਹੁੰਦੀ ਆ ਵੀ ਆਪਾਂ ਨੂੰ, ਹੁਣ ਆਪਾਂ ਕਹਿੰਦੇ ਹਾਂ ਕਿ ਹਨਾ ਵੀ ਸਾਨੂੰ ਕੋਈ ਉੱਧਰ ਕਹਿ ਦਿੰਦਾ ਨਾ ਪਿੰਡਾਂ, ਕਹਿੰਦੀ ਯਾਰ ਵੀ ਆਹ ਹੋਗਾ ਯਾਰ ਕੋਈ ਚੱਕਰ ਨਹੀਂ, ਕਿਆ ਫਰਕ ਪੈਂਦਾ। ਮੈਂ ਵੀ ਆਈ ਕਹਿਤਾ, ਮੈਂ ਕਿਹਾ ਕੋਈ ਚੱਕਰ ਨਹੀਂ, ਤਾਂ ਬਾਅਦ 'ਚ ਪਤਾ ਲੱਗਿਆ ਹਲੋਣੀ ਵੀ ਹਾਂ ਯਾਰ ਸੀਏ ਤਾਂ ਖਾਸੀ ਮੈਟਰ ਕਰਦੀ ਹੈ, ਕਿਹੜਾ ਕੋਈ ਪਲੱਸ ਟੂ ਦੇ ਪੇਪਰ ਨੇ ਜਿਹੜੇ ਛੱਡਦੇ ਆ। ਹੁਣ ਸੀਏ ਛੱਡੀ ਆ ਤਾਂ ਨੈਕਸਟ ਕੁਛ ਕਰਨਾ ਸੀਗਾ, ਸੋ ਵਟ ਆਈ ਡਿਸਾਈਡਡ ਕਿ ਮੈਂ ਸਾਈਕੋਲੋਜੀ ਵਿੱਚ ਐਮਏ ਕਰਨੀ ਹੈ, ਤਾਂ ਮੈਂ ਆਪਣੀ ਹਾਇਰ ਸਟੱਡੀਜ਼ ਪਰਸਿਊ ਕਰਨ ਵਾਸਤੇ ਅੰਮ੍ਰਿਤਸਰ ਸ਼ਿਫਟ ਹੋ ਗਈ ਸੀ। ਰਿਲੇਸ਼ਨ ਲੌਂਗ ਡਿਸਟੈਂਸ ਰਿਲੇਸ਼ਨ ਦੇ ਵਿੱਚ ਚੇਂਜ ਹੋ ਗਿਆ ਸੀਗਾ। ਤੇ ਦੂਜਾ ਗੱਲ ਇਹ ਵੀ ਸੀਗੀ ਕਿ ਅਸੀਂ ਉਸ ਟਾਈਮ ਦੋਨੋਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਨਹੀਂ ਸੀਗੇ, ਤੇ ਕਰੀਅਰ ਸਾਡੇ ਸੈੱਟ ਨਹੀਂ ਸੀਗੇ, ਸਟਰਗਲਸ ਦੇ ਬਾਰੇ ਤੇ ਅਸੀਂ ਸ਼ੋਰ ਵੀ ਨਹੀਂ ਸੀਗੇ, ਨਾਲੇ ਇਹ ਤਾਂ ਪਤਾ ਹੀ ਸੀ ਸਟਾਰਟਿੰਗ ਤੋਂ ਕਿ ਮੈਰਿਜ ਘਰਦਿਆਂ ਦੀ ਮਰਜ਼ੀ ਨਾਲ ਹੋਣੀ ਹੈ। ਸੋ ਉਹ ਡਾਊਟ ਦਾ ਨਾ ਇੱਕ ਗੈਪ ਆਨ ਦਾ ਸੋਚਿਆ ਕਿ 2 ਸਾਲ ਦਾ ਗੈਪ ਆਨ ਹੈ, ਮੈਂ ਆਪਣੀ ਸਟੱਡੀਜ਼ ਕਰਾਂਗੀ, ਇਹ ਆਪਣੇ ਕਰੀਅਰ ਤੇ ਫੋਕਸ ਕਰਨਗੇ, ਐਂਡ ਲੈਟਸ ਸੀ। ਉਹੀ ਗੱਲ, ਰੱਬ ਦੇ ਹੱਥ ਡੋਰਾ ਛੱਡਦੀ ਆ ਕਿ ਦੇਖਦੇ ਆ ਕਿ ਦੁਬਾਰਾ ਰੀਯੂਨਾਈਟ ਹੋਣੇ ਆ। ਟਰਸਟ ਮਾਈ ਵਰਡਸ, ਦੂਰ ਰਹਿ ਕੇ ਵੀ ਜਿਹੜੇ ਦਿਲ ਦੇ ਵਿੱਚ ਰਿਹਾ ਜਾ ਸਕਦਾ, ਤਾਂ ਮਤਲਬ ਕਿ ਬੜਾ ਅੱਛਾ ਸੀਗਾ ਉਹ ਪਾਰਟ ਵੀ ਯਾਰ ਸਾਡੀ ਲਾਈਫ ਦਾ, ਸਾਨੂੰ ਸਿਖਾਇਆ ਬਹੁਤ ਉਹਨੇ ਬਹੁਤ ਕੁਛ ਯਾਰ। ਹੁਣ ਫੋਨ ਕਰਨ ਦਾ ਵੀ ਇੰਨਾ ਟਾਈਮ ਨਹੀਂ ਲੱਗਦਾ ਸੀਗਾ, ਰੀਜ਼ਨ ਬੀਇੰਗ ਮੈਂ ਆਪਣੇ ਸ਼ਡਿਊਲ ਵਿੱਚ ਬਿਜ਼ੀ ਸੀਗੀ, ਵਾਪਸ ਇੰਟੂ ਸਟੂਡੈਂਟ ਲਾਈਫ ਬਣਿਆ, ਸੋ ਐਵਰੀਥਿੰਗ ਰੂਟੀਨ ਜਿਹੜਾ ਸੀਗਾ ਨਾ 2 ਸਾਲ 'ਚ ਬਿਲਕੁਲ ਡਿਫਰੈਂਟ ਹੋ ਗਿਆ। ਮੇਰੀ ਇੱਥੇ ਪ੍ਰਮੋਸ਼ਨ ਹੋ ਗਈ ਸੀਗੀ, ਮੈਂ ਮਤਲਬ ਰੀਜਨਲ ਮੈਨੇਜਰ ਦੀ ਪੋਸਟ ਤੱਕ ਚਲਾ ਗਿਆ ਸੀਗਾ, ਤੇ ਹੁਣ ਜਿੰਨੀ ਵੱਡੀ ਪੋਸਟ ਹੁੰਦੀ ਹੈ ਜੀ ਉਨੀ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਨੇ, ਤਾਂ ਉਹ ਉਨਾ ਹੀ ਜ਼ਿਆਦਾ ਜਿਹੜਾ ਟਾਈਮ ਦਾ ਸੀਗਾ ਪਾਰਟ ਉਹਦੇ ਵਿੱਚ ਨਾ ਉਹ ਹੁੰਦਾ ਸੀ ਕਿ ਹਾਂ ਯਾਰ ਟਾਈਮ ਨਹੀਂ ਮਿਲ ਰਿਹਾ ਘਰ ਜਾਣਾ, ਘਰ ਜਾਂਦੇ ਹੋਏ ਆਹੀ ਟਾਈਮ ਹੁੰਦਾ ਸੀ ਕਿ ਹਾਂ ਯਾਰ ਵੀ ਇਸ ਟਾਈਮ ਗੱਲ ਕਰ ਲਈਏ ਬਸ। ਤੇ ਦੂਜਾ ਨਾ ਮਤਲਬ ਅਸੀਂ ਹਮੇਸ਼ਾ ਇੱਕ ਰੂਲ ਬਣਾ ਕੇ ਰੱਖਿਆ ਸੀਗਾ, ਕਿਉਂਕਿ ਡਿਸਐਗਰੀਮੈਂਟਸ ਹੋਣਗੇ, ਅਸੀਂ ਜਦੋਂ ਵੀ ਰਾਤੀ ਸੋਣਾ ਉਸ ਤੋਂ ਪਹਿਲਾਂ ਗੱਲ ਨੂੰ ਰਿਜ਼ੋਲਵ ਕਰਕੇ ਸੋਣਾ। ਜਿੱਥੇ ਪਹਿਲਾਂ ਜੌਬ ਕਰਦੇ ਸੀ ਇਨਸੈਂਟਿਵ ਨਹੀਂ
ਤਾਂ ਫਿਰ ਇਹਨਾਂ ਨੂੰ ਕਹਿਣਾ, ਫਿਰ ਇਹਨਾਂ ਨੂੰ ਚੱਕਣਾ ਮੈਨੂੰ ਵੀ, ਨਹੀਂ ਯਾਰ ਤੁਸੀਂ ਕੁਛ ਬੈਟਰ ਆਪਸ਼ਨ ਹੋਊਗਾ, ਇੱਦਾਂ ਹੋ ਸਕਦਾ ਹੈ, ਕੋਈ ਗੱਲ ਨੀ ਕੋਈ ਗੱਲ ਨੀ ਕੋਈ ਗੱਲ ਨੀ, ਕਰਦੇ ਕਰਦੇ ਅੱਜ ਇੱਥੇ ਤੱਕ ਪਹੁੰਚ ਗਏ। ਫਿਰ ਉਸ ਤੋਂ ਬਾਅਦ ਇੱਕ ਹੋਰ ਗੱਲ ਹੋਈ ਕਿ ਮੇਰਾ ਹੁਣ ਜਿਵੇਂ ਹੁੰਦਾ ਸੀ, ਮੈਂ ਸਾਈਕੋਲੋਜੀ ਬੈਕਗਰਾਉਂਡ ਤੋਂ ਹਾਂ ਨੀ, ਤਾਂ ਮੈਨੂੰ ਸਮਝ ਨਹੀਂ ਆਉਂਦਾ ਸੀ, ਤਾਂ ਕਲਾਸ ਵਿੱਚ ਸਾਰੇ ਅੱਗੇ, ਤਾਂ ਮੈਂ ਯਾਰ ਮੈਂ ਗਲਤ ਡਿਸੀਜਨ ਤਾਂ ਨਹੀਂ ਲੈ ਲਿਆ, ਯਾਰ ਮੇਰਾ ਇੱਥੋਂ ਵੀ ਕੁਛ ਬਣੇਗਾ ਕਿ ਨਹੀਂ। ਇਹ ਵਿੱਚੋਂ ਗਏ ਨੇ ਸਾਈਕੋਲੋਜੀ ਦਾ, ਆਈ ਥਿੰਕ ਇੱਕ ਸਮੈਸਟਰ ਨਿਕਲ ਗਿਆ ਸੀ ਨਾ? ਨਹੀਂ ਮਤਲਬ ਲੇਟ ਐਡਮਿਸ਼ਨ, ਲੇਟ ਐਡਮਿਸ਼ਨ ਸੀਗੀ ਇਹਨਾਂ ਦੀ, 2-3 ਮਹੀਨੇ ਸ਼ਾਇਦ। ਤਾਂ ਦੇਖੋ ਮੈਡਮ ਨੇ ਕਵਰ ਅਪ ਕਰ ਲਿਆ ਸਾਰਾ। ਤਾਂ ਫਿਰ ਉਹ ਜਦੋਂ ਮੈਂ ਕਹਿਣਾ ਨਾ ਕਿ ਯਾਰ ਮੈਨੂੰ ਲੱਗਦਾ ਕਿੱਥੇ ਮੈਂ ਆਪਣੇ ਪੇਰੈਂਟਸ ਨੂੰ ਲੈਟ ਡਾਊਨ ਨਾ ਕਰਦਾ, ਤਾਂ ਇਹ ਮੈਨੂੰ ਕਹਿੰਦੇ ਹੁੰਦੇ ਨਹੀਂ ਨਹੀਂ ਹੋਏਗਾ ਹੋਏਗਾ, ਮੈਨੂੰ ਭਰੋਸਾ ਤੇਰੇ ਤੇ, ਨਹੀਂ 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 ਆਪਾਂ ਕਰ ਲਾਂਗੇ, ਟੈਨਸ਼ਨ ਨਹੀਂ ਲੈਣੀ। ਤੂੰ ਮੈਨੂੰ ਦੱਸ ਮਤਲਬ ਇਸ ਬੰਦੇ ਨੇ ਆਪਣਾ ਕਦੀ ਕੋਈ ਕੰਮ ਨਹੀਂ ਕੀਤਾ, ਪਰ ਇਹਨਾਂ ਨੇ ਮੇਰੇ ਲਈ ਟਾਈਮ 'ਤੇ, ਜਦੋਂ ਮੇਰਾ ਲਾਸਟ ਸਮੈਸਟਰ ਸੀਗਾ, ਇਹਨਾਂ ਨੇ ਮੇਰੇ ਲਈ ਅਸਾਈਨਮੈਂਟ ਬਣਾਈ ਰਾਤੀ ਜਾ ਕੇ, ਕਿਉਂਕਿ ਮੇਰੇ ਕੋਲੋਂ ਕੰਪਲੀਟ ਨਹੀਂ ਹੋ ਰਹੀ ਸੀ। ਤੁਸੀਂ ਛੋੜਾ ਕਿ ਹਾਂ ਕੋਈ ਚੱਕਰ ਨਹੀਂ ਮੈਂ ਲਿਖ ਦਿੰਦਾ, ਆਪਣੇ ਡਿਪਲੋਮਾ ਵੀ ਕੀਤਾ ਜੀ, ਮੈਂ ਡਿਗਰੀ ਵੀ ਕਰੀ ਆ, ਮੈਂ ਕਦੇ ਆਪਣੀ ਅਸਾਈਨਮੈਂਟ ਨਹੀਂ ਬਣਾਈ, ਮੈਂ ਕਿਸੇ ਤੋਂ ਬਣਵਾਉਂਦਾ ਹੁੰਦਾ ਸੀ, ਇਹਦੀਆਂ ਮੈਂ ਬਣਾਈਆਂ ਸੀ। ਯਾਦ ਰੱਖਿਓ ਤਾਂ ਫਿਰ ਜਦੋਂ ਅਸੀਂ ਇਹ ਸੋਚਿਆ ਉਦੋਂ ਕਰੋਨਾ ਆ ਗਿਆ ਤੇ ਲੋਕਡਾਊਨ ਲੱਗ ਗਿਆ, ਤਾਂ ਜਿੰਨੀ ਸੈਲਰੀ ਆਉਂਦੀ ਸੀਗੀ ਉਹ ਵੀ ਘੱਟ ਹੋ ਗਈ। ਉਹ ਟਾਈਮ ਸੀਗਾ ਜਦੋਂ ਮੈਂ ਆਪਣਾ YouTube ਚੈਨਲ ਸ਼ੁਰੂ ਕਰਿਆ ਸੀ। ਹਾਂ ਮਤਲਬ ਉਹ ਅਸੀਂ ਨਾ ਅਸੀਂ ਸੋਚਿਆ ਕਿ ਕੀ ਕਰ ਸਕਦੇ ਹਾਂ ਕਿ ਚਲੋ ਫ੍ਰੀ ਬੈਠੇ ਹਾਂ, ਤਾਂ ਅਸੀਂ ਦੋਨੋਂ ਡਿਸਕਸ਼ਨ ਕੀਤੀ ਔਰ ਮੈਂ ਬੈਠੀ ਰੋ ਰਹੀ ਇੱਕ ਦਿਨ ਕਿ ਯਾਰ ਮੈਂ ਤਾਂ ਕੁਛ ਨਹੀਂ ਕਰਦੀ ਹੈਗੀ, ਮੇਰੇ ਕੋਲ ਤਾਂ ਪੈਸੇ ਕਮਾਉਣੇ ਨਹੀਂ ਆਉਂਦੇ। ਮੇਰੇ ਕੋਲ ਉਹਦੀ ਫੋਟੋ ਪਈ ਹੈ, ਮੈਂ ਤੁਹਾਨੂੰ ਹਲੇ ਤਾਂ ਸ਼ੇਅਰ ਨਹੀਂ ਕਰ ਸਕਦਾ, ਕੋਈ ਨਹੀਂ, ਇਹ ਨਾ ਇੱਥੇ ਆਏ ਹਿੰਜੂ ਨਿਕਲ ਰਹੇ ਇੱਥੋਂ ਐਂ ਕਰਕੇ, ਲੇਕਿਨ ਮੈਂ ਤਾਂ ਕੁਛ ਕਰ ਹੀ ਨਹੀਂ ਸਕਦੀ ਜਾਂ ਮੈਂ ਕੁਛ ਕਰਦੀ ਨਹੀਂ ਹੈਗੀ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੈ ਸੋਸ਼ਲ ਯੂਟਿਊਬ ਕੀ ਹੈ ਜਾਂ ਇੰਸਟਾਗ੍ਰਾਮ ਕੀ ਹੈ, ਕਿਆ ਕਿਸੇ ਨੂੰ ਕੁਛ ਨਹੀਂ ਪਤਾ ਲੱਗਦਾ ਉਸ ਟਾਈਮ। ਤੇ ਅਸੀਂ ਫੇਰ ਹੋਈ, ਅਸੀਂ ਵੀਡੀਓ ਬਣਾਉਣੀ, ਫਿਰ ਇੱਕ ਦੂਜੇ ਨੂੰ ਉਹ ਕਿਆ ਵੀਡੀਓ ਬਣੀ ਜੇ ਤੁਹਾਨੂੰ ਕਿਸੇ ਨੂੰ ਨਹੀਂ ਪਤਾ, ਤਾਂ ਮੋਟੀਵੇਸ਼ਨਲ ਸਰਦਾਰ ਦੀ ਜਿਹੜੀ ਜਰਨੀ ਹੈ ਉਹ ਸਟਾਰਟ ਯੂਟਿਊਬ ਤੋਂ ਹੋਈ ਸੀਗੀ ਐਂਡ ਦੈਨ ਫਿਰ ਅਸੀਂ ਇੰਸਟਾਗ੍ਰਾਮ ਤੇ ਸ਼ਿਫਟ ਹੋਏ। ਤਾਂ ਉਹੀ ਚੀਜ਼ ਗੱਲ ਜੋ ਮੇਨ ਉਹੀ ਹੈ ਕਿ ਇੱਕ ਦੂਜੇ ਨੂੰ ਸਪੋਰਟ ਕਰਨਾ। ਚਲੋ ਯੂਟਿਊਬ ਟਰਾਈ ਕਰਦੇ ਹਾਂ, ਚਲੋ ਇੰਸਟਾਗ੍ਰਾਮ ਟਰਾਈ ਕਰਦੇ ਹਾਂ। ਯੂਟਿਊਬ ਸਟਾਰਟ ਕਰਨ ਦਾ ਆਈਡੀਆ ਇਹਨਾਂ ਦਾ, ਇੰਸਟਾਗ੍ਰਾਮ ਸਟਾਰਟ ਕਰਨ ਦਾ ਆਈਡੀਆ ਇਹਨਾਂ ਦਾ, ਰੀਲ ਸਟਾਰਟ ਕਰਨ ਦਾ ਆਈਡੀਆ ਇਹਨਾਂ ਦਾ, ਸਟੋਰੀ ਸਟਾਰਟ ਕਰਨ ਦਾ ਆਈਡੀਆ ਇਹਨਾਂ ਦਾ, ਸਾਰੇ ਆਈਡੀਆ ਇਹਨਾਂ ਦੇ ਸੀਗੇ, ਮੈਂ ਐਗਜ਼ੀਕਿਊਟ ਕਰਦਾ ਸੀ। ਹੁਣ ਇੱਥੇ ਵੀ ਇਹ ਚੀਜ਼ ਆਉਂਦੀ ਹੈ ਕਿ ਹਾਂ ਯਾਰ ਜੋ ਇਹਨਾਂ ਨੇ ਕਹਿਤਾ ਮੈਂ ਉਹਨੂੰ ਮੰਨ ਲੈਂਦਾ ਸੀਗਾ, ਜੇ ਮੈਂ ਆਪਣੀ ਬਣਾਉਂਦਾ ਸ਼ਾਇਦ ਅੱਜ ਇੱਥੇ ਆਸ ਟਾਈਮ ਆਪਾਂ ਗੱਲਾਂ ਕਰ ਰਹੇ ਹਾਂ। ਮੈਨੂੰ ਇਹ ਹੁੰਦਾ ਸੀਗਾ ਕਿ ਯਾਰ ਜੋ ਮੈਂ ਬੋਲਦੀ ਹਾਂ ਤੇ ਉਹ ਮੰਨ ਲੈਂਦੇ ਨੇ, ਉਹ ਕਰ ਲੈਂਦੇ ਨੇ, ਸੋ ਇੱਕੋ ਐਕਸੈਪਟੈਂਸ ਵਾਲੀ ਫੀਲਿੰਗ ਕਿ ਯਾਰ ਨਹੀਂ ਤੁਹਾਡੇ ਬੋਲੇ ਦੀ ਕੋਈ ਕਦਰ ਪਾਊਗਾ। ਤੇ ਤੁਹਾਨੂੰ ਹੋਰ ਦੱਸਦਾ ਵਿੱਚ, ਜਦੋਂ ਇਹ ਜਿਸ ਦਿਨ ਰੋ ਰਹੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਇੰਟਰਵਿਊ ਦਾ ਆਫਰ ਆਉਂਦਾ, ਇਹਨਾਂ ਨੇ ਪਹਿਲਾ ਇੰਟਰਵਿਊ ਦਿੱਤਾ ਆਪਣੀ ਜ਼ਿੰਦਗੀ ਦਾ, ਉਹਦੇ ਚੋਂ ਸਿਲੈਕਟ ਹੋ ਗਏ। ਅਸੀਂ ਸੋਚਿਆ ਕਿ ਹਾਂ ਯਾਰ ਕਿ ਹੁਣ ਘਰਦਿਆਂ ਨਾਲ ਗੱਲ ਕਰ ਲੈਣੀ ਚਾਹੀਦੀ ਹੈ, ਤਾਂ ਮੇਰੀ ਜੋਬ ਲੱਗ ਗਈ, ਇਹਨਾਂ ਦੀ ਜੋਬ ਸ਼ਿਫਟ ਹੋ ਗਈ, ਉਹ ਵੀ ਕਿੰਨੀ ਵਧੀਆ ਜਗ੍ਹਾ ਤੇ, ਆਪਾਂ ਨੇ ਚੇਂਜ ਕਰ ਲਈ ਸੀ ਜਦੋਂ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਜਗ੍ਹਾ ਤੇ ਪਹੁੰਚ ਗਿਆ। ਬੰਦਾ ਸੋਚਣਾ ਸ਼ੁਰੂ ਕਰਦਾ ਫਿਰ ਅੱਗੇ ਰਾਹ ਵੀ ਬਣਦਾ ਹੈ, ਤਾਂ ਇਹਨਾਂ ਦੀ ਵੀ ਜੋਬ ਲੱਗ ਗਈ, ਹੁਣ ਜੋਬ ਲੱਗ ਗਈ ਤਾਂ ਦੋਨੋਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਗਏ, ਤਾਂ ਦੋਨੋਂ ਹੁਣ ਘਰਦਿਆਂ ਦੇ ਸਾਹਮਣੇ ਗੱਲ ਕਰਨ ਜੋਗੇ ਹੋ ਗਏ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਹਾਂ। ਮੇਨ ਗੱਲ ਆਉਂਦੀ ਸੀਗੀ ਕਿ ਘਰਦੇ ਕਿਵੇਂ ਮਨਾਉਣੇ, ਘਰਦਿਆਂ ਨੂੰ ਕੀ ਗੱਲ ਕਹਿਣੀ ਹੈ, ਤੇ ਦੂਜਾ ਅਸੀਂ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਸ਼ੋਰ ਸੀਗੇ ਕਿ ਜਿੰਨਾ ਮਰਜ਼ੀ ਟਾਈਮ ਲੱਗੇ ਘਰਦੇ ਮੰਨਣ ਨਾ ਮੰਨਣ, ਬਟ ਅਸੀਂ ਘਰਦਿਆਂ ਦੀ ਮਰਜ਼ੀ ਤੋਂ ਬਿਨਾ ਨਹੀਂ ਕੁਝ ਕਹਿਣਾ, ਤਾਂ ਅਸੀਂ ਚੁੱਪਚਾਪ ਇੱਕ ਵਾਰ ਗੱਲ ਕਰਾਂਗੇ, ਉਹਨਾਂ ਦੀ ਐਕਸੈਪਟੈਂਸ ਨਾਲ ਚੱਲਾਂਗੇ ਅਸੀਂ ਜੇ ਚੱਲੇ। ਹਾਂ, ਕਿਉਂਕਿ ਸਾਡੇ ਮਨ ਵਿੱਚ ਇਹ ਸੀਗਾ ਕਿ ਨਵਾਂ ਰਿਸ਼ਤਾ ਸੈਟਲ ਕਰਨਾ ਹੈ ਤਾਂ ਪੁਰਾਣੇ ਰਿਸ਼ਤੇ ਖਰਾਬ ਨਹੀਂ ਹੋਣੇ ਚਾਹੀਦੇ, ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ, ਤਾਂ ਕੁਝ ਇਹਨਾਂ ਨੇ ਐਡਜਸਟਮੈਂਟਸ ਕੀਤੀਆਂ, ਕੁਝ ਮੈਂ ਕੀਤੀਆਂ, ਔਰ ਐਡਜਸਟਮੈਂਟ ਐਡਜਸਟਮੈਂਟ ਵਾਂਗ ਨਹੀਂ ਲੱਗੀਆਂ, ਉਹ ਐਕਸੈਪਟੈਂਸ ਲੱਗੀਆਂ ਕਿ ਹਾਂ ਇਹਦੇ ਵਿੱਚ ਕੀ ਹੈ, ਇੰਨਾ ਤਾਂ ਕਰ ਲੈਂਦੇ ਹਾਂ। ਹੁਣ ਜਿਵੇਂ ਮੈਨੂੰ ਕੋਈ ਪੁੱਛਦਾ ਸੀਗਾ ਕਿ ਪਿੰਡ 'ਚ ਐਡਜਸਟ ਹੋ ਜਾਏਗੀ, ਪਿੰਡ 'ਚ ਕਰ ਲੇਂਗੀ, ਪਿੰਡ 'ਚ ਕਿੱਦਾਂ ਰਹੇਗੀ, ਉੱਥੇ ਤਾਂ ਮੇਡਸ ਵਗੈਰਾ ਵੀ ਨਹੀਂ ਹੋਣਗੀਆਂ। ਹੁਣ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਦੇਖੋ ਕਿ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ ਪਿੰਡ 'ਚ ਰਹਿ ਲਉਂਗੇ, ਹੁਣ ਮੋਸਟਲੀ ਬੰਦਾ ਕਹਿੰਦਾ ਕਿ ਯਾਰ ਮੈਂ ਨਹੀਂ ਵੀ, ਹੈ ਨਾ ਵੀ ਮੈਂ ਸ਼ਹਿਰ ਦੀ ਆ, ਇਹਨਾਂ ਨੇ ਇੱਦਾਂ ਕਰਕੇ, ਇਹਨਾਂ ਨੇ ਕਿਹਾ ਮੈਂ ਉਹ ਰਹਿ ਲੂੰਗੀ। ਉਹ ਚਲੋ ਰੱਬ ਦਾ ਆਪਣਾ ਇੱਦਾਂ ਹੋਇਆ ਜੀ ਕਿ ਮੇਰੀ ਜਿਹੜੀ ਜੋਬ ਸੀਗੀ ਉਹ ਇਸ ਤਰੀਕੇ ਨਾਲ ਲੱਗ ਗਈ ਕਿ ਆਪਾਂ ਨੂੰ ਬਾਅਦ 'ਚ ਸ਼ਹਿਰ 'ਚ ਹੀ ਰਹਿਣਾ ਪਿਆ, ਅਲੱਗ ਚੀਜ਼ ਆ, ਪਰ ਇਹਨਾਂ ਵੱਲੋਂ ਨਿਗਲੈਕਸ਼ਨ ਨਹੀਂ ਆਈ ਹੈਗੀ ਕਿ ਹਾਂ ਯਾਰ ਮੈਂ ਨਹੀਂ ਰਹਿਣਾ ਹੈਗਾ। ਦੂਜਾ ਹੁਣ ਇਹਨਾਂ ਦੇ ਵੱਲੋਂ ਇੱਦਾਂ ਸੀਗਾ ਕਿ ਹੁਣ ਜਿਵੇਂ ਮੇਰੀ ਫੈਮਿਲੀ ਨੂੰ ਸੀਗਾ ਕਿ ਅੰਮ੍ਰਿਤਧਾਰੀ ਮੁੰਡਾ ਹੋਵੇ, ਤਾਂ ਹੁਣ ਮੈਂ ਕਦੀ ਇਹਨਾਂ ਨੂੰ ਡਾਇਰੈਕਟਲੀ ਨਹੀਂ ਕਿਹਾ ਕਿ ਹਾਂਜੀ ਤੁਸੀਂ ਦਾੜੀ ਰੱਖੋ ਜਾਂ ਤੁਸੀਂ ਨੌਨ ਵੇਜ ਛੱਡ ਦਿਓ, ਬਟ ਵਨ ਫਾਈਨ ਡੇ ਮੇਰੇ ਬਰਥਡੇ ਵਾਲੇ ਦਿਨ ਇੱਦਾਂ ਹੁੰਦਾ 7th April ਨੂੰ ਕਿ ਇਹਨਾਂ ਨੇ ਅੰਮ੍ਰਿਤਪਾਨ ਕਰ ਲਿਆ, ਇਹਨਾਂ ਨੇ ਅੰਮ੍ਰਿਤ ਛੱਕ ਲਿਆ, ਅਤੇ ਇਹਨਾਂ ਨੇ ਮੈਨੂੰ ਐਜ਼ ਅ ਗਿਫਟ ਉਹ ਚੀਜ਼ ਦਿੱਤੀ, ਤਾਂ ਉਹ ਕਦੀ ਕਹਿਣੀਆਂ ਨਹੀਂ ਪਈਆਂ ਚੀਜ਼ਾਂ, ਅਨਕੰਡੀਸ਼ਨਲ ਐਕਸੈਪਟੈਂਸ ਸੀਗੀ, ਤਾਂ ਉਹ ਚੀਜ਼ਾਂ ਵੀ ਇੱਕ ਦੂਜੇ ਨਾਲ ਐਵੇਂ ਹੋਈਆਂ ਕਿ ਅਰੇ ਕੀ ਹੈ। ਮਤਲਬ ਇੱਕ ਜਾਂ
ਚਾਹੇ ਇਹ ਨੇ ਚਾਹੇ ਮੈਂ ਨੇ ਅਸੀਂ ਆਪਣੇ 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 ਆਪ ਨੂੰ ਸਮਝਾਇਆ ਕਿ ਨਹੀਂ ਯਾਰ ਕੀ ਬੈਸਟ ਹੋ ਸਕਦਾ ਜਿਹਦੇ ਨਾਲ ਘਰਦਿਆਂ ਨੂੰ ਦਿੱਕਤ ਨਾ ਆਵੇ ਕਿਉਂਕਿ ਉਹੀ ਕਰਤਾ ਧਰਤਾ ਨੇ ਐਂਡ ਦੇ ਵਿੱਚ ਸਾਰਾ ਕੁਛ ਉਹਨਾਂ ਦੇ ਵੇਸ ਤੇ ਹੀ ਆ ਉਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦੇ ਅਸੀਂ ਤੇ ਮਤਲਬ ਅਸੀਂ ਸੋਚਦੇ ਸੀ ਅਸੀਂ ਤਾਂ ਸੋਚਿਆ ਸੀ ਆਪਣੇ ਵਿਆਹ ਬਾਰੇ ਤਾਂ ਅਸੀਂ ਤਾਂ ਸੋਚਦੇ ਸੀ ਯਾਰ ਕੁਛ ਨਹੀਂ ਹੋਣਾ ਕਿਸੇ ਨੇ ਨਹੀਂ ਆਉਣਾ ਇੱਕ ਟਾਈਮ ਐ ਲੱਗਦਾ ਵੀ ਸ਼ਾਇਦ ਪਤਾ ਨਹੀਂ ਬਈ ਐਂ ਵਾਹਿਗੁਰੂ ਜੀ ਦਾ ਸ਼ੁਕਰ ਕਰਕੇ ਵੀ ਬਸ ਏਦਾਂ ਹੀ ਹੋ ਜਾਏਗਾ ਹਾਂ ਮਤਲਬ ਕਿਸੇ ਨੇ ਨਹੀਂ ਆਉਣਾ ਸਾਡੇ ਵਿਆਹ ਤੇ ਇਸ ਟਾਈਮ ਇਦਾਂ ਲੱਗਦਾ ਹੁੰਦਾ ਸੀ ਕਿ ਕੋਈ ਨਹੀਂ ਆਊਗਾ ਵੀ ਹਾਂ ਕੋਈ ਖੁਸ਼ ਨਹੀਂ ਹੋਊਗਾ ਜਾਂ ਇਦਾਂ ਲੱਗਦਾ ਖੁਸ਼ੀ ਨਾਲ ਨਹੀਂ ਕਰੂਗਾ ਅੱਜ ਕਰਨਗੇ ਵੀ ਇਦਾਂ ਪਰ ਫਿਰ ਉਹ ਗੱਲ ਸਾਡੇ ਘਰਦਿਆਂ ਨੇ ਸਾਨੂੰ ਇੰਨਾ ਜ਼ਿਆਦਾ ਸਮਝਿਆ ਸਾਡਾ ਰੱਬ ਜੀ ਨੇ ਇੰਨਾ ਸਾਥ ਦਿੱਤਾ ਕਿ ਮਤਲਬ ਅਸੀਂ ਜੋ ਸੋਚਿਆ ਵੀ ਨਹੀਂ ਸੀਗਾ ਸਾਡਾ ਵਿਆਹ ਉਦਾਂ ਹੋਇਆ ਇੱਕ ਇੱਕ ਚੀਜ਼ ਇੱਕ ਇੱਕ ਮਤਲਬ ਇੱਕ ਇੱਕ ਰਸਮ ਇੱਕ ਇੱਕ ਰਿਵਾਜ਼ ਛੋਟੇ ਛੋਟੇ ਰਸਮ ਦੀ ਗੱਲ ਔਰ ਇਹ ਜਦੋਂ ਛੋਟੇ ਹੁੰਦੇ ਸੀ ਨਾ ਇਹਨਾਂ ਦੇ ਮਨ ਦੀ ਗੱਲ ਸੀਗੀ ਕਿ ਸਾਡੀਆਂ ਲਾਵਾਂ ਨਾਢਾ ਸਾਹਿਬ ਹੋਣ ਮਤਲਬ ਇਹਨਾਂ ਦੀਆਂ ਲਾਵਾਂ ਨਾਢਾ ਸਾਹਿਬ ਹੋਣ ਛੋਟੇ ਹੁੰਦੇ ਤੋਂ ਤੇ ਪਰਮਾਤਮਾ ਨੇ ਦੇਖੋ ਜੀ ਉੱਥੇ ਤੱਕ ਖਿੱਚ ਲੈ ਗਏ ਸਾਨੂੰ ਤੇ ਲਾਵਾਂ ਸਾਡੀਆਂ ਨਾਢਾ ਸਾਹਿਬ ਹੋਈਆਂ ਨੇ ਤੇ ਮੇਰੇ ਛੋਟੇ ਹੁੰਦੇ ਸਭ ਤੋਂ ਪਹਿਲਾਂ ਇਹ ਵੀ ਹੁੰਦਾ ਸੀਗਾ ਜਦੋਂ ਕੋਈ ਪੁੱਛਦਾ ਸੀ ਨਹੀਂ ਛੋਟੇ ਹੁੰਦੇ ਨਹੀਂ ਵੱਡੇ ਹੋ ਕੇ ਜਦੋਂ ਕੋਈ ਪੁੱਛਦਾ ਸੀ ਛੋਟੀ ਹੋ ਹੁਣ ਕਿ ਮੁੰਡਾ ਕਿੱਦਾਂ ਦਾ ਚਾਹੀਦਾ ਤਾਂ ਮੈਨੂੰ ਹੋਰ ਕੁਛ ਨਹੀਂ ਪਤਾ ਹੁੰਦਾ ਸੀ ਤਾਂ ਮੈਂ ਬੋਲੀ ਸੀ ਮੇਰੇ ਹੈ ਛੋਟੇ ਥੋੜਾ ਲੰਬਾ ਹੋਣਾ ਚਾਹੀਦਾ ਤਾਂ ਕਾਮਨ ਸਵਾਲ ਕਰਦੇ ਨੇ ਜੀ ਵੀ ਦੋਨੇ ਜਣੇ ਆਪਣੀ ਹਾਈਟ ਦੱਸੋ ਸੋ ਅੱਜ ਅਸੀਂ ਉਹ ਖੁਲਾਸਾ ਕਰਨ ਜਾ ਰਹੇ ਹਾਂ ਮੇਰੀ ਹਾਈਟ ਜੀ 5'11" ਦੱਸ ਦੀ ਤੇ ਬੀਬੀ ਦੀ ਹਾਈਟ ਹੈਗੀ ਹੈ ਜੀ 5'1" ਤੇ ਇਹ 3-4 ਇੰਚ ਦੀ ਹੀਲ ਪਾ ਲੈਂਦੇ ਨੇ ਉਹਦੇ ਬਾਅਦ 5'5" ਦੇ ਐਨ ਬਰਾਬਰ ਪਹੁੰਚ ਜਾਂਦੇ ਨੇ ਮਜ਼ਾ ਲਾ ਜੇ ਇੱਧਰ ਉੱਧਰ ਹੋ ਜਾਵੇ ਕੁਛ ਬੰਦਾ ਸੋਚਦਾ ਕਿ ਪਿਆਰ ਵਿੱਚ ਕੀ ਹੁੰਦਾ ਵਿਆਹ ਹੁੰਦਾ ਵੀਰੇ ਪਿਆਰ ਵਿੱਚ ਵਿਆਹ ਹੁੰਦਾ ਤੇ ਮੇਰੇ ਘਰਦੇ ਵੀ ਕਹਿੰਦੇ ਨੇ ਕਿ ਜਿਹੜੇ ਜੋਕਸ ਇਹਨਾਂ ਦੇ ਅੱਛੇ ਨਹੀਂ ਹੁੰਦੇ ਮੈਂ ਉਹਨਾਂ ਤੇ ਵੀ ਹੱਸਦੀ ਹਾਂ ਸੱਤ ਨਵੰਬਰ ਨੂੰ ਸਾਡਾ ਵਿਆਹ ਹੋ ਗਿਆ ਵਿਆਹ ਤੋਂ ਪਹਿਲਾਂ ਅਸੀਂ ਸੋਚਿਆ ਐਂ ਚਲੋ ਇੰਸਟਾਗ੍ਰਾਮ ਤੇ ਪੇਜ ਬਣਾਉਂਦੇ ਮਤਲਬ ਇੰਨੇ ਜ਼ਿਆਦਾ ਸਵੀਟ ਹੋ ਤੁਸੀਂ ਸਾਰੇ ਇੰਨਾ ਜ਼ਿਆਦਾ ਪਿਆਰ ਸਾਨੂੰ ਸ਼ਾਵਰ ਕੀਤਾ ਜੋ ਲਾਈਕ ਅਸੀਂ ਸੋਚਦੇ ਹਾਂ ਅਸੀਂ ਡਿਜ਼ਰਵ ਵੀ ਨਹੀਂ ਕਰਦੇ ਤੇ ਦੂਜਾ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਲੱਕੀ ਹਾਂ ਅਸੀਂ ਰੱਬ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਪਰਮਾਤਮਾ ਦਾ ਬਹੁਤ ਤੁਸੀਂ ਸਾਨੂੰ ਸਾਰਿਆਂ ਨੂੰ ਮਿਲੇ ਹੋ ਅਸੀਂ ਛੋਟੀ ਜਿਹੀ ਵੀ ਚੀਜ਼ ਕਰੀਏ ਤੁਸੀਂ ਇੰਨਾ ਜ਼ਿਆਦਾ ਉਹਨੂੰ ਐਪਰੀਸ਼ੀਏਟ ਕਰਦੇ ਹੋ ਤੁਸੀਂ ਸਾਰਿਆਂ ਨੇ ਹੀ ਸਾਡੀ ਮਤਲਬ ਲਾਈਫ ਵਿੱਚ ਹੋਰ ਐਵੇਂ ਲਾ ਲਓ ਕਿ ਸਾਡਾ ਸਕਸੈਸ ਤੁਸੀਂ ਹੋ ਅਸੀਂ ਜੋ ਹਾਸਿਲ ਕੀਤਾ ਹੈ ਉਹ ਤੁਸੀਂ ਹੋ ਮੀਤਪ੍ਰੀਤ ਮਤਲਬ ਕਿਵੇਂ 2-3 ਮਹੀਨਿਆਂ ਵਿੱਚ ਚੱਲ ਗਿਆ ਤੇ ਕਿਵੇਂ ਯੂਟਿਊਬ ਤੇ ਮਤਲਬ ਅਸੀਂ ਕਦੇ ਨਹੀਂ ਸੋਚਿਆ ਸੀ ਅਸੀਂ ਬਲੌਗ ਬਣਾਵਾਂਗੇ ਆਪਾਂ ਕਦੇ ਨਹੀਂ ਸੀ ਸੋਚਿਆ ਕਿ ਆਪਾਂ ਬਲੌਗ ਬਣਾਵਾਂ ਕਦੇ ਨਹੀਂ ਸੀ ਸੋਚਿਆ ਹੈਗਾ ਪਰ ਜਿਵੇਂ ਹੁਣ ਤੁਸੀਂ ਇੰਨਾ ਪਿਆਰ ਦਿੱਤਾ ਹੈ ਨਾ ਜੀ ਤੁਸੀਂ ਕਿਹਾ ਕਿ ਨਹੀਂ 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 ਹੁਣ ਤਾਂ ਅੱਜ ਤੁਹਾਡੇ ਸਾਹਮਣੇ ਬੈਠੇ ਆ ਜੀ ਛੋਟੇ ਕਰਕੇ ਸਾਰਾ ਕੁਝ ਅਸੀਂ ਕੁਝ ਨਹੀਂ ਹੈਗੇ ਸ਼ੁਰੂ ਹੋ ਗਿਆ ਸੀ ਤੁਸੀਂ ਸਾਰਾ ਕੁਝ ਬਲੌਗ ਚੈਨਲ ਬਣਾਓ ਪਲੀਜ਼ ਬਣਾਓ ਅਸੀਂ ਦੇਖਣਾ ਚਾਹੁੰਦੇ ਹਾਂ ਤਾਂ ਆਈ ਹੋਪ ਅੱਜ ਸਾਡੀ ਸਟੋਰੀ ਨਾਲ ਤੁਹਾਨੂੰ ਕੁਝ ਇੰਟਰਸਟਿੰਗ ਲੱਗਿਆ ਹੋਵੇਗਾ ਤੁਹਾਨੂੰ ਲੱਗਿਆ ਹੋਵੇਗਾ ਕਿ ਯਾਰ ਅਸੀਂ ਸਹੀ ਕਹਿੰਦੇ ਸੀ ਆਈ ਹੋਪ ਅਸੀਂ ਤੁਹਾਨੂੰ ਬੋਰਿੰਗ ਨਹੀਂ ਲੱਗੇ ਹੋਵਾਂਗੇ ਤੁਹਾਡੇ ਟਾਈਮ ਵੀ ਵੇਸਟ ਕੀਤਾ ਹੈਗਾ ਜੇ ਤੁਹਾਨੂੰ ਲੱਗਿਆ ਵੀ ਟਾਈਮ ਵੇਸਟ ਕਰਿਆ ਤਾਂ ਮੈਨੂੰ ਦੱਸ ਦਿਓ ਜੀ ਹਨਾ ਕਮੈਂਟ ਤੁਹਾਡੇ ਕੋਲ ਕਮੈਂਟ ਨੇ ਜੀ ਲਾਈਕ ਵੀ ਤੁਹਾਡੇ ਕੋਲ ਨੇ ਡਿਸਲਾਈਕ ਵੀ ਤੁਹਾਡੇ ਕੋਲ ਨੇ ਜੋ ਤੁਹਾਡਾ ਮਨ ਕਰੇ ਜੀ ਤੁਸੀਂ ਉਹ ਕਰਨ ਵਾਲੇ ਸਾਰਾ ਕੁਝ ਤੁਸੀਂ ਸਾਨੂੰ ਦੱਸ ਦਿਓ ਕਿ ਅਸੀਂ ਅਗਲੇ ਵਲੌਗਸ ਦੀ ਪਲੈਨਿੰਗ ਕਰੀਏ ਹਾਂ ਵੀ ਅਸੀਂ ਕੀ ਕਰਨਾ ਬੰਦ ਕਰ ਦੀ ਤੁਸੀਂ ਦੱਸ ਦਿਓ ਕਿਵੇਂ ਹੈ ਕਿਵੇਂ ਨਹੀਂ ਜੇ ਸਾਰਾ ਕੁਝ ਵਧੀਆ ਲੱਗਿਆ ਜੀ ਤੁਹਾਨੂੰ ਤੇ ਪਿਆਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅਗਲੇ ਬਲੌਗਸ ਦਾ ਤੁਸੀਂ ਇਹ ਸੁਜੈਸ਼ਨ ਵੀ ਦੇ ਸਕਦੇ ਹੋ ਜੀ ਵੀ ਕਿੱਦਾਂ ਦਾ ਬਲੌਗਸ ਬਣਾਈਏ ਕੀ ਕਰੀਏ ਕੀ ਕਰ ਸਕਦੇ ਹਾਂ ਕਿਉਂਕਿ ਚਲਾਉਣ ਵਾਲੇ ਤੁਸੀਂ ਹੋ ਇੰਸਟਾਗ੍ਰਾਮ ਨੂੰ ਵੀ ਤੁਸੀਂ ਨੇ ਚਲਾਇਆ ਜੀ ਯੂਟਿਊਬ ਨੂੰ ਵੀ ਤੁਸੀਂ ਨੇ ਚਲਾਉਣਾ ਤਾਂ ਤੁਹਾਡੇ ਪਿਆਰ ਨਾਲ ਚੱਲਣਾ ਜੀ ਸਾਰਾ ਕੁਛ ਅਸੀਂ ਤਾਂ ਤੁਹਾਡੇ ਕਰਕੇ ਹੀ ਇੱਥੇ ਤੇ ਅੱਗੇ ਵੀ ਤੁਹਾਡੇ ਕਰਕੇ ਚੱਲਣਾ ਜੀ ਥੈਂਕ ਯੂ ਸੋ ਮਚ ਐਵਰੀਬਡੀ ਹੋਪ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਸਾਡੀ ਸਟੋਰੀ ਜਿੰਨੀ ਅਸੀਂ ਦੱਸੀ ਹੈ ਜਿਵੇਂ ਅਸੀਂ ਦੱਸੀ ਹੈ ਤੁਹਾਨੂੰ ਪਸੰਦ ਆਈ ਹੋਏਗੀ ਅਤੇ ਆਈ ਹੋਪ ਜਿੰਨਾ ਤੁਸੀਂ ਵੇਟ ਕੀਤਾ ਉਹਦੇ ਵਰਥ ਇਟ ਹੋਏਗੀ ਤਾਂ ਪਲੀਜ਼ 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 ਲਾਈਕਸ ਦੇ ਨਾਲ ਸਾਨੂੰ ਆਪਣਾ ਰਿਸਪੋਂਸ ਦੇ ਦਿਓ ਸਬਸਕ੍ਰਾਈਬਸ ਦੇ ਹਿਸਾਬ ਨਾਲ ਪਲੀਜ਼ ਕਮੈਂਟ ਕਰਦੇ ਕਿਉਂਕਿ ਅਸੀਂ ਇੱਕ ਇੱਕ ਕਮੈਂਟ ਪੜ੍ਹਦੇ ਹਾਂ ਅਸੀਂ ਪੜ੍ਹਨਾ ਹੁੰਦਾ ਸਾਨੂੰ ਵੈਲੀਡੇਸ਼ਨ ਮਿਲਦੀ ਹੈ ਕਿ ਠੀਕ ਜਾ ਰਹੇ ਕਿ ਨਹੀਂ ਠੀਕ ਜਾ ਰਹੇ ਸੋ ਥੈਂਕ ਯੂ ਸੋ ਮਚ ਐਵਰੀਬਡੀ ਰੱਬ ਰਾਖਾ ਜੀ ਟੇਕ ਕੇਅਰ ਆਫ ਯੋਰ ਸੈਲਫ ਬਾਏ ਸੀ ਯੂ ਸੂਨ ਬਾਏ